ਸਿੱਖਿਆ ਮੰਤਰਾਲੇ ਨੇ ਸਾਲ ਵਿੱਚ 2 ਵਾਰ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਉਣ ਲਈ ਸਹਿਮਤੀ ਦਿੱਤੀ ਹੈ। ਬੋਰਡ ਦੀਆਂ ਪ੍ਰੀਖਿਆਵਾਂ ਫਰਵਰੀ ਅਤੇ ਅਪ੍ਰੈਲ ਵਿੱਚ ਕਰਵਾਈਆਂ ਜਾਣਗੀਆਂ ਅਤੇ ਵਿਦਿਆਰਥੀਆਂ ਦੇ ਦੋਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਕੋਰ ਨੂੰ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਉਚੇਰੀ ਸਿੱਖਿਆ ਸੰਸਥਾਵਾਂ ਵਿੱਚ ਸਾਲ ਵਿੱਚ 2 ਵਾਰ ਦਾਖਲੇ ਲੈਣ ਸੰਬੰਧੀ ਵੀ ਫੈਸਲਾ ਲਿਆ ਗਿਆ ਹੈ। 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਸੈਸ਼ਨ 2025-26 ਤੋਂ ਸਾਲ ਵਿੱਚ 2 ਵਾਰ ਕਰਵਾਈਆਂ ਜਾਣਗੀਆਂ। ਵਿਦਿਆਰਥੀਆਂ ਨੂੰ ਦੋਵਾਂ ਪ੍ਰੀਖਿਆਵਾਂ ਵਿੱਚ ਬੈਠਣ ਦਾ ਵਿਕਲਪ ਦਿੱਤਾ ਜਾਵੇਗਾ ਅਤੇ ਉਹਨਾਂ ਦੇ ਸਰਵੋਤਮ ਪ੍ਰਦਰਸ਼ਨ ਨੂੰ ਅੰਤਿਮ ਸਕੋਰ ਵਜੋਂ ਵਿਚਾਰਿਆ ਜਾਵੇਗਾ। ਬੋਰਡ ਦੀਆਂ ਪ੍ਰੀਖਿਆਵਾਂ 2 ਵਾਰ ਕਰਵਾਉਣ ਲਈ 2 ਫਾਰਮੂਲੇ ਤਿਆਰ ਕੀਤੇ ਗਏ ਨੇ। ਪਹਿਲਾ ਫਾਰਮੂਲਾ JEE ਦੀ ਤਰਸ 'ਤੇ ਹੈ, ਜਿਸ ਵਿੱਚ ਵਿਦਿਆਰਥੀ 2 ਵਾਰ ਪ੍ਰੀਖਿਆ ਦੇ ਸਕਦੇ ਨੇ। ਦੂਜਾ ਫਾਰਮੂਲਾ ਸਮੈਸਟਰਾਂ ਵਿੱਚ ਇਮਤਿਹਾਨ ਕਰਵਾਉਣਾ ਹੈ, ਭਾਵ ਹਰ 6 ਮਹੀਨੇ ਬਾਅਦ, ਪਰ ਫਿਲਹਾਲ JEE ਦੀ ਤਰਸ 'ਤੇ ਪ੍ਰੀਖਿਆ ਕਰਵਾਉਣ ਲਈ ਸਹਿਮਤੀ ਬਣ ਗਈ ਹੈ। ਸਿੱਖਿਆ ਮੰਤਰਾਲੇ ਨੇ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਨਵੀਂ ਪਹਿਲ ਕੀਤੀ ਹੈ। ਇਸ ਪਹਿਲਕਦਮੀ ਤਹਿਤ ਹੁਣ ਵਿਦਿਆਰਥੀ ਸਾਲ ਵਿੱਚ 2 ਵਾਰ ਬੋਰਡ ਦੀਆਂ ਪ੍ਰੀਖਿਆ ਦੇ ਸਕਣਗੇ। ਇਸ ਪਹਿਲਕਦਮੀ ਨਾਲ ਵਿਦਿਆਰਥੀਆਂ ਦਾ ਤਣਾਅ ਘੱਟ ਹੋਵੇਗਾ ਅਤੇ ਉਹਨਾਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਦਾ ਇੱਕ ਹੋਰ ਮੌਕਾ ਮਿਲੇਗਾ। ਨਾਲ ਹੀ ਜੇਕਰ ਕਿਸੇ ਵਿਦਿਆਰਥੀ ਦਾ ਪੇਪਰ ਪਹਿਲੀ ਕੋਸ਼ਿਸ਼ ਵਿੱਚ ਖਰਾਬ ਹੋ ਜਾਂਦਾ ਹੈ ਤਾਂ ਉਹ ਦੂਜੀ ਵਾਰ ਪ੍ਰੀਖਿਆ ਦੇ ਸਕਦਾ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਕਿਹਾ ਹੈ ਕਿ ਉੱਚ ਵਿੱਦਿਅਕ ਸੰਸਥਾਵਾਂ ਵਿੱਚ ਦਾਖਲੇ ਸਾਲ ਵਿੱਚ 2 ਵਾਰ ਦਿੱਤੇ ਜਾਣਗੇ। ਦੋਵੇਂ ਸੈਸ਼ਨਾਂ ਵਿੱਚ ਦਾਖਲਾ CUET ਦੇ ਆਧਾਰ 'ਤੇ ਹੋਵੇਗਾ। ਦੂਜੇ ਸੈਸ਼ਨ ਵਿੱਚ ਦਾਖਲੇ ਲਈ ਕੋਈ ਵੱਖਰੀ ਪ੍ਰੀਖਿਆ ਨਹੀਂ ਦੇਣੀ ਪਵੇਗੀ।